ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਬਿਜਲੀ ਔਰ ਤੁਹਾਡੇ ਵਾਸਤੇ ਲੈ ਕੇ ਆਇਆ ਪ੍ਰੋਗਰਾਮ ਭੋਲਾ ਐਕਸਪ੍ਰੈਸ ਜੋ ਕਿ ਤੁਸੀਂ ਹਰ ਫਰਾਈਡੇ ਨੂੰ ਦੇਖਦੇ ਹੈਗੇ ਹੋ ਵੈਸੇ ਹੁਣ ਕੋਵਿਡ ਦੀ ਚੱਲ ਰਹੀ ਹੈਗੀ ਆ ਹਰ ਇੱਕ ਵਰਲਡ ਵਾਈਡ ਪ੍ਰੋਬਲਮ ਮੈਂ ਤਾਂ ਵੈਸੇ ਪਹਿਲੀ ਵਾਰੀ ਆਈ ਹਾਂ ਜਦੋਂ ਦੀ ਮਾਰਚ ਤੋਂ ਸ਼ੁਰੂ ਹੋਈ ਹੈ ਪ੍ਰੋਬਲਮ ਹੋਪਫੁਲੀ ਇਹ ਠੀਕ ਹੋ ਜਾਵੇ ਛੇਤੀ ਔਰ ਸਾਰਾ ਕੁਝ ਆਪਾਂ ਵਾਪਸ ਸ਼ੁਰੂ ਹੋ ਜਾਵੇ वैसे भोला एक्सप्रेस शुरू हो गया और भोला नहीं आया बल्ले, बल्ले बिजलीए की हाल चाल आ बल्ले भोला की हाल है ओ वेलकम 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 थैंक यू थैंक यू थैंक यू ते मेरे वालों भी भोला एक्सप्रेस देख रहे सारे श्रोतियां नु हाथ जोड़ के सत श्री अकाल भोला एक्सप्रेस गर्मी होवे भावे सर्दी होवे जदो पौनी आ ते पौनी आ छोड़ी लगदी है वैसे अच्छा वैसे एक गल बिजली जरूर आ ठीक हुण ते कनेडा दे विच ना आपां चादर बन सकदे आ कुर्ता पा सकदे आ अज तों 15-20 साल पहले जदों आपां नवे कनेडा जाए ही जे किते कुर्ता पजामा पा के बाहर भी जाना लोकां ने कहना गोरियां ने टिचरां करदे हुंदे तैनूं पता कहना नाइट सूट पा के फिरन दिया बड़ी खुशी की गल है कि अज साडी बिजली भी इत्थे आई है पर बिजली एक कनेडा जिहड़ा ना वाकया ही भाई वाकई मैं कई ना सोचता हूं कि टूडो साहब एक हुंदा जीजा टैंका जट पता तेनू ਤੈਨੂੰ ਪੰਜਾਬੀ ਵੈਸੇ ਨਹੀਂ ਨਹੀਂ ਪਤਾ ਮੈਨੂੰ ਬਹੁਤ ਹੀ ਨਹੀਂ ਆਂਦੀ ਹੈਗੀ ਬਟ ਹਾਂ ਅੱਛਾ ਇੱਕ ਹੁੰਦਾ ਜੀਜਾ ਟੈਂਕਾ ਜੱਟ ਅੱਛਾ ਇੱਕ ਹੁੰਦਾ ਜੀਜੇ ਉੱਤੇ ਅਦਕ ਤੇ ਟੈਂਕਾ ਜੱਟ ਜਿਹੜਾ ਟੂਡੋ ਸਾਹਿਬ ਹੈ ਨਾ ਉਹ ਅਦਕ ਵਾਲਾ ਜੱਟ ਆ ਅਦਕ ਵਾਲਾ ਜੱਟ ਹਾਂ ਸਿੱਧਾ ਕੁਝ ਨਹੀਂ ਸੋਚਣਾ ਜੋ ਕੁਝ ਹੈਗਾ ਕਰ ਦਿਓ ਬਾਅਦ ਚ ਵੇਖਾਂਗੇ ਬੰਦੇ ਨੂੰ ਭੁੱਖਾ ਨਹੀਂ ਮਰਦਣਾ ਕੰਟਰੀ ਨੂੰ ਹਾਂ ਠੀਕ ਹੈ ਉਹਨੇ ਕਹਾ ਚੱਕੋ 2-2 ਹਜ਼ਾਰ ਨਜ਼ਾਰੇ ਲਓ ਟੂਡੋ ਸਾਹਿਬ ਨੇ ਇਦਾਂ ਦੇ 2-2 ਹਜ਼ਾਰ ਦਿੱਤਾ ਜੀ ਉਹ ਵੇਲਾ ਨਿਆਣੇ ਰਾਤ ਨੂੰ ਵੀ 12 ਵਜੇ ਮਕਡੋਨਲ ਮੰਗਾਉਂਦੇ ਨਾਲੇ ਮੰਗਾਉਂਦੇ ਟਿਮ ਹੋਟਲ ਤੋਂ ਪਿਓ ਦੇ ਪੁੱਤ ਉਦੋਂ ਦੇ ਕੰਮ ਤੇ ਨਹੀਂ ਜਾਣਦੇ ਜਿੱਦਾਂ 2-2 ਹਜ਼ਾਰ ਆਉਂਦੇ ਮੈਂ ਕਿਹਾ ਉਹ ਕੰਮ ਤੇ ਨਹੀਂ ਜਾਂਦੇ ਓਏ ਉਹ ਕਹਿੰਦੇ ਬਹਿ ਆ ਬੁੜਿਆ ਚੁੱਪ ਕਰਕੇ ਕਹਿੰਦਾ ਤੈਨੂੰ ਕੀ ਪਤਾ ਅੱਛਾ ਕਹਿੰਦਾ ਅਸੀਂ ਸਾਰੀ ਦਿਹਾੜੀ ਮਾਰ ਮਾਰ ਕੇ ਕਹਿੰਦਾ ਮਹੀਨੇ ਦੇ ਸਟੂਡੈਂਟਾਂ ਨੇ ਕਿੰਨੇ ਕਮਾ ਲੈਣੇ ਵਿਚਾਰਿਆਂ ਨੇ ਨਾਲੇ ਕੈਨੇਡੀਅਨ ਨਿਆਣੇ ਚਲੋ ਇੰਡੀਆ ਵਾਲੇ ਸਟੂਡੈਂਟ ਤੇ ਮਿਹਨਤੀ ਹੈ ਉਹ ਤਾਂ ਚਲੋ ਸ਼ਿਫਟਾਂ ਲਾ ਲੈਂਦੇ ਆ ਕੰਮ ਕਰ ਲੈਂਦੇ ਸਾਡੇ ਵਾਲੇ ਇੱਥੋਂ ਵਾਲੇ ਤੇ ਉਹਨਾਂ ਨੂੰ ਪਤਾ ਮਾਂ ਪਿਓ ਦੇ ਸਿਰ ਤੇ ਕੰਮ ਚੱਲਦਾ ਹੈ ਉਹ 2-2 ਹਜ਼ਾਰ ਰੁਪਇਆ ਲੈ ਆਉਂਦੇ ਉਹ ਕਿਸੇ ਹਜ਼ਾਰ ਤੋਂ ਵੱਧ ਵੈਸੇ ਨਹੀਂ ਰੁਪਇਆ ਨਹੀਂ ਡਾਲਰਾਂ 'ਚ ਗੱਲ ਕਰ ਡਾਲਰਾਂ 'ਚ ਚਲੋ ਹੈ ਤੇ ਮਨੀ ਆ ਨਾ ਹਾਂ ਹੈ ਤਾਂ ਮਨੀ ਆ ਵੈਸੇ ਹੈ ਡਾਲਰ ਵੈਸੇ ਫਰਕ ਤੇ ਬੜਾ ਹੈਗਾ ਡਾਲਰਾਂ 'ਚ ਤੇ ਰੁਪਈਆਂ 'ਚ ਪਰ ਵੇਲਾ ਕਹਿੰਦੇ ਹੁੰਦੇ ਤੇਰੀ ਗੱਲ ਵੀ ਵਿੱਚੇ ਮੈਂ ਹੁਣ ਟੋਕਣ ਲੱਗਾ ਕਿ ਜਿੰਨਾ ਚਿਰ ਮਰਜ਼ੀ ਕੈਨੇਡਾ 'ਚ ਹੋ ਗਿਆ ਆਇਆ ਨੂੰ ਹੈ ਮੇਰਾ ਖਿਆਲ ਜਿੰਨੇ ਕੁ ਕੈਨੇਡਾ 'ਚ ਜ਼ਿੰਦਗੀ ਬਿਤਾਈ ਹੈ ਨਾ ਮੈਂ ਇੰਨੀ ਕਿ ਮੈਂ ਇੰਡੀਆ 'ਚ ਬਿਤਾਈ ਹੈ ਅੱਛਾ ਪਰ ਵੇਖ ਲਾ ਹਜੇ ਤੱਕ ਜੇ ਕੋਈ ਸੁਪਨਾ ਵੀ ਰਾਤ ਨੂੰ ਆਉਂਦਾ ਨਾ ਉਹ ਇੰਡੀਆ ਦਾ ਹੀ ਆਉਂਦਾ ਕਦੇ ਕੈਨੇਡਾ ਦਾ ਨਹੀਂ ਆਇਆ ਉੱਥੇ ਜੋ ਚਾਚੇ ਤਾਏ ਜੋ ਕੋਈ ਸ਼ਰੀਕਾਂ ਦੇ ਪਤਾ ਨਹੀਂ ਕਿਹੜੇ ਜਿਹੜੇ ਮਰ ਮੁਰ ਗਏ ਬੁੜੇ
ਉਹਨਾਂ ਦੇ ਆ ਜਾਂਦੇ ਰਾਤ ਪੁਰਾਣੀਆਂ ਗਲੀਆਂ ਕਿੰਨੇ ਦਿੰਦੇ ਆ ਉਹ ਆ ਜਾਂਦੀਆਂ ਕਿਤੇ ਇੱਥੋਂ ਨਹੀਂ ਕਦੀ ਨਹੀਂ ਆਈਆਂ ਆਉਂਦੀਆਂ ਇੱਥੋਂ ਨਹੀਂ ਕਦੀ ਨਹੀਂ ਆਈਆਂ ਕਿਤੇ ਕਦੀ ਸੁਪਨਾ ਨਹੀਂ ਕੈਨੇਡਾ ਦਾ ਆਇਆ ਜਦੋਂ ਆਉਣਾ ਇੰਡੀਆ ਦਾ ਹੀ ਆਉਣਾ ਬੱਲੇ ਸੋ ਟੂਡੋ ਸਾਹਿਬ ਨੇ $2,000 ਦਿੱਤਾ ਤੇ ਉਹ ਨਿਆਣੇ ਹੁਣ ਮਜ਼ੇ ਨਾਲ ਹੈ ਰਾਤ ਨੂੰ ਵਹਿੰਦੇ ਗੇਮਾਂ ਖੇਡਦੇ ਲੜਾ 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 ਉਹ ਕਈਆਂ ਦੇ ਅੰਦਰ ਬੜਾ ਖੋਰੂ ਭੈਣ ਮੈਂ ਪਤਾ ਨਹੀਂ ਕਿਹਨੂੰ ਗਾਲਾਂ ਕਰਦਾ ਪਤਾ ਨਹੀਂ ਕੀ ਅੰਗਰੇਜ਼ੀ ਚ ਗਾਲਾਂ ਕੱਢਣ ਦੇ ਹੁੰਦੇ ਆ ਤੇ ਮੈਂ ਹੀ ਕਰਨ ਦੇ ਵੇਖਿਆ ਤੋ ਗੇਮ ਖੇਡਣ ਦਿਆ ਹੈ ਉਹ ਕਮਲੇ ਹੋਏ ਪਏ ਆ ਉਹ ₹2,000 ਮਿਲਦੇ ਆ ਦਿੰਦੇ ਵੀ ਨੀ ਪਿਓ ਨੂੰ ਕਹਿੰਦਾ ਉਹ ਮਾਈ ਮਨੀ ਮੈਂ ਕਿਹਾ ਉਹ ਗੱਲ ਸੁਣ ਤੇਰੀ ਮਨੀ ਹੈ ਠੀਕ ਹੈ ਤੇਰੀ ਮੈਂ ਇੱਕ ਦਿਨ ਕਹਿ ਬੈਠਾ ਉਹਨੂੰ ਮੈਂ ਕਿਹਾ ਏਦਾਂ ਕਰ ਤੈਨੂੰ ਹੁਣ ਉਹਨੇ ਦਿੱਤੇ ਚਲੋ ਮੈਨੂੰ ਵੀ ਥੋੜਾ ਕੋਈ ਲੈ ਦੇ ਕੋਈ ਸ਼ੈ ਲੈ ਦੇ ਮੈਨੂੰ ਵੀ ਕੋਈ ਲੈ ਦੇ ਹੈ ਮੈਂ ਬਾਈਕ ਲੈ ਕੇ ਚੱਲ ਮੈਂ ਬੁੜਾ ਬੰਦਾ ਬਾਈਕ ਲੈ ਕੇ ਬਾਹਰ ਨੂੰ ਘੁੰਮਣ ਫਿਰਨ ਚੱਲ ਚੱਲਾਂ ਕਰਾਂਗੇ ਹੈ ਕਹਿੰਦਾ ਨੋ ਮੈਂ ਕਿਉਂ ਮੈਂ ਚੱਲ ਜੇ ਨਹੀਂ ਲੈ ਕੇ ਕਹਿੰਦਾ ਮਾਈ ਮਨੀ ਮੈਂ ਚਲੋ ਓਕੇ ਤੇਰੀ ਮਨੀ ਹੈ ਵੈਸੇ ਨਿਆਣੇ ਇੱਥੋਂ ਦੇ ਸੱਚੇ ਹੁੰਦੇ ਮੈਂ ਕਿਹਾ ਚੱਲ ਤੇਰੀ ਮਨੀ ਗੱਲ ਠੀਕ ਹੈ ਪਰ ਤੂੰ ਕਮ ਸੇ ਕਮ ਮੈਨੂੰ ਉਹ ਤਾਂ ਲੈ ਦੇ ਇਹ ਸਾਈਕਲ ਤੂੰ ਹਾਂ ਹੀ ਕਹਿ ਦੇ ਮੈਂ ਕਿਹੜਾ ਮੰਗਣ ਲੱਗਾ ਕਿ ਲੈਣ ਲੱਗਾ ਮਾੜਾ ਕਹਿਣਾ ਓਕੇ ਪੁੱਤ ਨੇ ਕਹਿ ਤਾ ਨੋ ਕਹਿੰਦਾ ਜੇ ਮੈਂ ਕਹਿ ਤਾ ਤਾਂ ਮੈਂ ਫਸ ਗਿਆ ਤੂੰ ਕਹਿਣਾ ਲਿਆ ਦੇ ਕਹਿੰਦਾ ਮੈਨੂੰ ਪਤਾ ਇੰਡੀਅਨ ਮੰਮ ਡੈਡ ਦਾ ਕਹਿੰਦਾ ਤੂੰ ਕਹਿਣਾ ਆਹੋ ਤੂੰ ਹਾਂ ਕੀਤੀ ਸੀ ਕਹਿੰਦਾ ਮੈਂ ਪਹਿਲੋਂ ਨੀ ਹਾਂ ਕਰਨੀ ਹੈਂ ਏਦਾਂ ਨਜ਼ਾਰੇ ਲੈਂਦੇ ਹੀ ਮਜ਼ੇ ਨਾਲ ₹2,000 ਲੈ ਆਉਂਦੇ ਹੀ ਵੈਸੇ ਤੇ ਫੂਡ ਵਾਸਤੇ ਬਟ ਜਿਹੜੇ ਨਹੀਂ ਸੀ ਵੀ ਇੰਨੇ ਕਮਾਉਂਦੇ ਹੈਗੇ ਉਹਨਾਂ ਨੂੰ ਵੀ ਓਨੇ ਮਿਲੀ ਜਾ ਰਹੇ ਨੇ ਲੇਕਿਨ ਘਾਟਾ ਤਾਂ ਉਹਨਾਂ ਨੂੰ ਪਿਆ ਨਾ ਜਿਹੜੇ ਜ਼ਿਆਦਾ ਕਮਾਉਂਦੇ ਸੀ ਉਹਨਾਂ ਨੂੰ ਤੇਰੀ ਗੱਲ ਮੈਂ ਬਿਜਲੀ ਉਹੀ ਗੱਲ ਤੇਰੀ ਲੱਗਾ ਹੀ ਕਰਨਾ ਕਿ ਉਹਨਾਂ ਬੰਦਿਆਂ ਨੇ ਕਈ ਬੰਦੇ ਇਦਾਂ ਦੇ ਆ ਹੈ ਜਿਨ੍ਹਾਂ ਨੇ ਹੁਣ ਪਿਛਲੇ ਸਾਲ ਇੰਨਾ ਕੰਮ ਕੀਤਾ ਵਿਚਾਰਿਆਂ ਨੇ ਹੈ ਹੁਣ ਉਹਨਾਂ ਕੋਲ ਕੰਮ ਵੀ ਹਾਨੀ ₹2,000 ਨਾਲ ਕਈ ਉਹ ਬੰਦੇ ₹2,000 ਨਾਲ ਸਾਰਿਆ ਕਈ ਉਹ ਬੰਦੇ ਆ ਜਿਨ੍ਹਾਂ ਨੇ ਪਹਿਲੋਂ ਵੀ ਕੱਖ ਨਹੀਂ ਕੀਤਾ ਗੌਰਮੈਂਟ ਕੋਲ ਲੈ ਰਹੇ ਸੀ ਹੁਣ ਵੀ ₹2,000 ਲੈ ਰਹੇ ਜ਼ਿਆਦਾ ਲੈ ਰਹੇ ਥੋੜ੍ਹਾ ਜ਼ਿਆਦਾ ਲੈ ਰਹੇ ਨੇ ਹੈ ਉਹਨਾਂ ਨੂੰ ਮੁਫ਼ਤ ਦੇ ਪੈਸੇ ਮਿਲੀ ਜਾਂਦੇ ਆ ਦੇਖ ਲਓ ਵੈਸੇ ਟਰੂਡੋ ਹੈ ਬੜਾ ਚੰਗਾ ਨਾ ਸਭ ਤੋਂ ਜ਼ਿਆਦਾ ਕਿਊਟ ਗਿਣਿਆ ਜਾਂਦਾ ਆ ਪ੍ਰਾਈਮ ਮਿਨਿਸਟਰ ਪੱਕੀ ਗੱਲ ਹਾਂ ਕੋਲੋਂ ਕਹਿਣ ਦੀ ਹੈ ਨਾ ਕਿੱਥੇ ਕੋਲੋਂ ਕਹਿਣ ਦੀ ਆ ਵਿਚਾਰੇ ਨੇ ਵੇਖ ਲਾ ਉਦੋਂ ਦਾ ਉਹਨੇ ਆਪ ਤੇ ਨਾਈ ਬੰਦ ਕਰਤੇ ਕਿ ਕਿਸੇ ਨੇ ਵਾਲ ਨੀ ਕਟਾਉਣੇ ਕਟਾਏ ਆਪ ਵੀ ਨੀ ਉਹਨੇ ਹੈ ਸਵੇਰੇ ਉੱਠ ਕੇ ਹੈ ਚਾਹ ਪਾਣੀ ਪੀ ਕੇ ਵਿਚਾਰਾ ਸਵੇਰੇ ਆ ਕੇ ਉਹ ਜਿੱਦਾਂ ਕਹਿੰਦੇ ਨਾ ਆਪਾਂ ਗੁਰਦੁਆਰੇ ਜਾਈਦਾ ਸੀ ਮੱਥਾ ਟੇਕਣ ਚਲੋ ਉਹ ਵਿਚਾਰਾ ਆ ਕੇ ਸਾਰੀ ਦੁਨੀਆਂ ਨੂੰ ਦਰਸ਼ਨ ਦਿੰਦਾ ਸੀ ਆਪਣੇ ਡੋਰ ਤੋਂ ਬਾਹਰ ਆ ਕੇ ਬੋਲਣਾ ਕਿ ਦੱਸਣਾ ਕਿ ਅੱਜ ਆਹ ਹੋ ਗਿਆ ਆਹ ਹੋ ਗਿਆ ਆਹ ਹੈ ਗਿਆ ਇਹਨਾਂ ਲਈ ਆਹ ਕਰ ਦਿਓ ਇਸ ਲਈ ਆਹ ਕਰ ਦਿਓ ਵੈਸੇ ਉਹਨੇ ਹਰ ਇੱਕ ਤਾਂ ਸੋਚਿਆ ਵੈਸੇ ਸੋਚ ਨਹੀਂ ਬਹੁਤ ਇੰਪ੍ਰੈਸਿਵ ਹੈ ਮੈਨੂੰ ਤਾਂ ਬਹੁਤ ਇੰਪ੍ਰੈਸਿਵ ਲੱਗਾ ਹੈ ਕਿਉਂਕਿ ਜੇ ਆਪਾਂ ਬਾਕੀ ਕੰਟਰੀਆਂ ਦਾ ਦੇਖੀਏ ਹੈ ਨਾ ਕਿ ਉਹਨਾਂ ਨੂੰ ਕਿੰਨੇ ਪੈਸੇ ਮਿਲੇ ਆ ਜਾਂ ਹੋਰ ਹਾਲੀ ਵੀ ਜਿੱਥੇ ਜ਼ਿਆਦਾ ਵੱਧ ਰਹੇ ਨੇ ਨੰਬਰਸ ਉਹਨਾਂ ਕੰਟਰੀਆਂ ਦਾ ਕੀ ਹੋ ਰਿਹਾ ਤੇ ਆਈ ਐਮ ਸ਼ੋਰ ਕਿ ਮੋਸਟ ਪੀਪਲ ਮੇਰੇ ਨਾਲ ਅਗਰੀ ਕਰਨਗੇ ਕਿ ਭਾਵੇਂ ਤੁਸੀਂ ਪਰ ਇਹ ਵੀ ਦਿਲ ਚਾਹੀਦਾ ਹੁਣ ਸਾਡੇ ਇੰਡੀਆ ਦੇ ਆ ਗੌਰਮੈਂਟਾਂ ਹੈ ਉਹ ਕਹਿੰਦੇ ਆ ਕਿ ਜਿਹੜੇ ਆਪਾਂ ਲੋਕਾਂ ਨੂੰ ਜੋ ਦੇਣੇ ਆ ਉਹ ਆਪਣੇ ਕਿਉਂ ਨਾ ਆਪਾਂ ਖਾਵਾਂਗੇ ਯਾ ਨਹੀਂ ਬਹੁਤ ਅੱਛਾ ਕੀਤਾ ਆਈ ਥਿੰਕ ਹੀ ਡਿਡ ਰੀਅਲੀ ਵੈਲ ਕਿ ਔਰ ਦੇਖੋ ਕਿੰਨੇ ਕਿੰਨੇ ਮੇਰੇ ਫਰੈਂਡਸ ਵੀ ਕਈ ਹੈਗੇ ਨੇ ਜੋ ਕਿ CRR ਦੇ ਵਿੱਚ ਕੰਮ ਕਰਦੇ ਨੇ ਜਿਨ੍ਹਾਂ ਨੂੰ ਕਿ ਫਸਟ ਲਾਈਨ ਦੇ ਵਿੱਚ ਕੰਮ ਕਰਦੇ ਨੇ ਐਜ਼ ਕਿ ਜਿਹੜੇ ਪੈਸੇ ਉਹਨਾਂ ਨੇ ਦੇਣੇ ਹੈਗੇ ਆ ਜਾਂ ਅਪਰੂਵ ਕਰਨੇ ਹੈਗੇ ਆ ਜਿਹੜੀ ਉਸ ਲਾਈਨ ਦੇ ਵਿੱਚ ਹੈ ਨਾ ਕਿ ਹੈਲਥ ਕੇਅਰ ਫਸਟ ਲਾਈਨ ਔਰ ਉਹਨਾਂ ਨੇ ਇੰਨਾ ਵਧੀਆ ਉਹਨਾਂ ਨੇ ਇੰਤਜ਼ਾਮ ਕੀਤਾ ਔਰ ਕਿੰਨੇ ਉਹਨਾਂ ਨੇ ਬਾਹਰੋਂ ਲੈ ਕੇ ਆਏ ਲੋਕ ਹੋਰ ਉਹਨਾਂ ਨੂੰ ਵੀ ਮਤਲਬ ਕਿ ਐਪਲੀਕੇਸ਼ਨ ਛੇਤੀ ਹੋ ਜਾਣ process ho jan so I think they did a great job so ek bari sare nu apan nu karna chahida I know mostly loki down hi karde ne cheeza but we should say he did a great job beh bhi diye jehde
ਇਹ ਆਪਣੀ ਪ੍ਰੋਵਿੰਸ ਗਵਰਨਮੈਂਟ ਨੇ ਜਿਹੜੀ ਆਪਣੀ ਅੰਟਾਰੀਓ ਦੀ ਗਵਰਨਮੈਂਟ ਹੈ ਉਹਨੇ ਜਿਹੜੇ ਉਹ ਵਧਾਏ ਸੀ ਪੈਸੇ $4-4 ਤੈਨੂੰ ਵੀ ਵਧੇ ਤੇਰੇ ਵੀ ਲੈ ਮੈਨੂੰ ਵਧੇ ਹੁੰਦੇ ਤੇ ਮੈਂ ਇੱਥੇ ਨਿੱਦਾ ਬੈਠੀ ਹੁੰਦੀ ਮੇਰੇ ਵਾਸਤੇ ਨਵੇਂ ਕੱਪੜੇ ਕੁੱਪੜੇ ਲੈ ਕੇ ਆਇਆ ਕਰੋ ਨਵੀਂ ਜੁੱਤੀ ਪਾਈ ਫਿਰਦੀ ਹੈ ਹਾਂ ਜੁੱਤੀ ਨਵੀਂ ਹੈ ਜੇ ਇਦਾਂ ਹੀ ਤੂੰ ਚਾਹ ਚੁੱਕੀ ਰੱਖੀ ਹੈ ਟੁੱਟਣੀ ਹੋਣੀ ਸਾਰੀ ਉਮਰ ਹੈ ਹਲੇ ਪੈਰ ਤੇਰਾ ਲੱਗੂ ਤੇ ਟੁੱਟੋ ਅੱਜ ਪਹਿਲੀ ਵਾਰੀ ਪਾਈ ਮੈਂ ਤੇ ਵੀ ਨਹੀਂ ਪਾ ਲਾਂਦਾ ਕਿ ਖੱਬਾ ਪੈਰ ਕਿਹੜਾ ਹੈ ਕਿ ਸੱਜਾ ਉਹ ਕਮਰੀਏ ਜਿਹੜੀ ਪੰਜਾਬੀ ਜੁੱਤੀ ਹੁੰਦੀ ਹੈ ਜਿੱਧਰਲੇ ਮਰਜ਼ੀ ਪਾਸਿਓਂ ਪਾ ਲਓ ਇਹਦੀ ਕੋਈ ਪੁੱਟ ਸਿੱਧ ਨਹੀਂ ਹੁੰਦੀ ਲੱਕੀ ਜੁੱਤੀ ਹਾਂ ਹੁਣ ਮੈਂ ਲੈਫਟ ਤੇ ਰਾਈਟ ਮਾਰਕ ਕਰ ਲੈਣਾ ਇਹਨੂੰ ਨਹੀਂ ਨਹੀਂ ਕਰਨ ਦੀ ਲੋੜ ਹੀ ਨਹੀਂ ਜਦੋਂ ਮਰਜ਼ੀ ਪਾਣੀ ਸਵੇਰੇ ਉੱਧਰ ਹੀ ਹੋ ਜਾਣੀ ਫੇਰੇ ਅੱਛਾ ਹਾਂ ਭਾਵੇਂ ਉੱਧਰ ਪਾਣੀ ਭਾਵੇਂ ਉੱਧਰ ਪਾਣੀ ਚਲੋ ਜਿਹੜੇ ਵੇਖਣ ਵਾਲੇ ਜੇ ਤੁਹਾਡੇ ਕੋਲ ਲਿੰਕਸ ਹੈਗੀ ਹੈ ਮੇਰੇ ਵਾਸਤੇ ਕੱਪੜੇ ਲਿਆਉਣ ਨੂੰ ਤੇ ਮੈਨੂੰ ਦੱਸ ਦਿਓ ਕਿ ਅੱਛਾ ਕੱਪੜੇ ਮੰਗਾਉਣ ਦੇ ਹੀ ਹਾਂ ਬਿਜਲੀ ਵਾਸਤੇ ਨਵੇਂ ਕੱਪੜੇ ਚਾਹੀਦੇ ਆ ਹੁਣ ਲਾ ਤੇਰੇ ਦੇ ਪਹਿਲੇ ਫਿਊਜ ਉੱਡੇ ਚੰਗੀ ਰਹੀ ਵੈਸੇ ਬਚ ਕੇ ਆ ਗਈ ਹੈ ਤੂੰ ਇੰਡੀਆ ਤੋਂ ਇਹ ਮੈਂ ਦੱਸ ਦਵਾਂਗੇ ਇਹ ਪਹਿਲੋਂ 5 ਸਾਲ ਗਈ ਸੀ ਇੰਡੀਆ ਉਦੋਂ ਜਦੋਂ ਪਾਇਆ ਨਾ ਉਹਨਾਂ ਨੇ ਕਾਲੀਆਂ ਨੇ ਰੌਲਾ ਕਿ ਅਸੀਂ ਜਿਹੜੀ ਬਿਜਲੀ ਹੈ ਮੈਂ ਤੇ ਭੱਜ ਛੋਟੀ ਕਹਿੰਦੀ ਪਾਕਿਸਤਾਨ ਨੂੰ ਵੇਚ ਦੇਣੀ ਹੈ ਇਹ ਭੱਜਾ ਹੀ ਆ ਜੇ ਤੇਰੇ ਪਟਾਕੇ ਉੱਥੇ ਉਹਨਾਂ ਪਾ ਦੇਣੇ ਤੇ ਹੁਣ ਦੂਜੀ ਗਵਰਨਮੈਂਟ ਆਈ ਆ ਉਹਨਾਂ ਨੇ ਚੁੱਕ ਕੇ ਤੇਰਾ ਉਹ ਦਾਦਾ ਸਹੁਰਾ ਹੀ ਵੇਚਤਾ ਜੀ ਉਹ ਥਰਮਲ ਪਲਾਂਟ ਬਠਿੰਡੇ ਵਾਲਾ ਲੈ ਉਹ ਸਾਰਾ ਸੇਲ ਤੇ ਲਾਤਾ ਜੀ ਤੇਰੇ ਦੇ ਉੱਥੇ ਪਟਾਕੇ ਪਏ ਹੀ ਪਏ ਸੀ ਥੈਂਕ ਗੋਡ ਮੈਂ ਤਾਂ ਪਹਿਲਾਂ ਹੀ ਥੈਂਕ ਗੋਡ ਕਹਿਣ ਦੀ ਸੀ ਕਿ ਥੈਂਕ ਗੋਡ ਦੂਜਾ ਹੋ ਗਿਆ ਕਿ ਮੈਂ ਪਹਿਲਾਂ ਹੀ ਆ ਗਈ ਤੂੰ ਇੱਥੇ ਆ ਗਈ ਕੈਨੇਡਾ ਵਰਗਾ ਜਿੱਥੇ ਬਿਜਲੀ ਦੀ ਹਰ ਵੇਲੇ ਲੋੜ ਹੀ ਰਹਿੰਦੀ ਕਿਤੇ ਜਾਂਦੀ ਹੀ ਨਹੀਂ ਮੈਂ ਤਾਂ ਤਾਈਓ ਕਿੰਨੇ ਹੁੰਦੇ ਆ ਬਿਜਲੀ ਬਿਜਲੀ ਮੇਰਾ ਨਾਂ ਰੱਖਿਆ ਕਿਉਂ ਰੱਖਿਆ ਕਿਉਂ ਰੱਖਿਆ ਅੰਦਰ ਜਾਵਾਂ ਬਾਹਰ ਜਾਵਾਂ ਲਾੜ ਜੂੜਾ ਛੜਕਦਾ ਲਾਈਟਾਂ ਜਾਗਦੀਆਂ ਰਹਿੰਦੀਆਂ ਤੇਰੀਆਂ ਨਾ ਮੈਂ ਤਾਂ ਕਿੰਨੀ ਹੁੰਦੀ ਆ ਬਿਜਲੀ ਨੂੰ ਕੋਈ ਦੀ ਕਦਰ ਨਹੀਂ ਕਰਦਾ ਹੈਗਾ ਜਦੋਂ ਤੱਕ ਆਨ ਹੁੰਦੀ ਆ ਨਾ ਕੋਈ ਕਦਰ ਨਹੀਂ ਕਰਦਾ ਆ ਬਿਜਲੀ ਦੀ ਸਿਰਫ ਉਦੋਂ ਕਦਰ ਹੁੰਦੀ ਆ ਜਦੋਂ ਨਹੀਂ ਆਉਂਦੀ ਹੈਗੀ ਜੋ ਨਹੀਂ ਹੁੰਦੀ ਹਨੇਰਾ ਹੁੰਦਾ ਪਰ ਉਹ ਫਿਰ ਸੁੱਚਾ ਜੂ ਮਿਲਾ ਮਾਰਦੇ ਬਿਜਲੀ ਦੇ ਲੱਭਦੇ ਫਿਰਦੇ ਨਾ ਮੁੜ ਕੇ ਅੰਦਰ ਤਾਂ ਮਨ ਮੁੜ ਜਾਂਦੇ ਹੁਣੇ ਮਿਲਦਾ ਉਦੋਂ ਲੱਭਦੇ ਫਿਰਦੇ ਕਿੱਥੇ ਗਈ ਕਿੱਥੇ ਗਈ ਕਿੱਥੇ ਗਈ ਤੈਨੂੰ ਮੈਂ ਦੱਸਦਾ ਆ ਹੁਣ ਵੇਲਾ ਕਿੰਨੀ ਗਰਮੀ ਪੈਂਦੀ ਆਪਣੇ ਹਾਂ ਬਹੁਤ ਗਰਮੀ ਪੈਂਦੀ ਕੈਨੇਡਾ 'ਚ ਕਿੰਨੀ ਗਰਮੀ ਪੈਂਦੀ ਇੱਥੇ ਤੇ ਸਾਡਾ ਕੱਲ ਏਸੀ ਖਰਾਬ ਹੋ ਗਿਆ ਅੱਛਾ ਲੈ ਫਿਰ ਤੇ ਭਜੇ ਫਿਰੀ ਅਸੀਂ ਹੁਣ ਬਿਜਲੀ ਵੀ ਹੈਗੀ ਹੁਣ ਏਸੀ ਹਾਂ ਦੇਖ ਲੈ ਸੀ ਮੈਂ ਕਿਤੇ ਉਦੋਂ ਯਾਦ ਆਉਂਦੀ ਆ ਮੈਂ ਕਿਹਾ ਪੂਰਾ ਧੰਨ ਧੰਨ ਕਰਾਈ ਪਈ ਉੱਤੋਂ ਵੈਸੇ ਤੇ ਵਧੀਆ ਸੀ ਚਲੋ ਮੁੜਕਾ ਮੜਕਾ ਆਇਆ ਪੂਰਾ ਪਰ ਜੀਭ ਨਿਆਣੇ ਕੈਨੇਡਾ ਦੇ ਨਿਆਣੇ ਪਤਾ ਕਿੱਦਾਂ ਦੇ ਇੱਕ ਉਦਾਂ ਦੇ ਆ ਐਂ ਜਿੱਦਾਂ ਗਰਮੀਆਂ 'ਚ ਕੁੱਤੇ ਨੇ ਜੀਭ ਬਾਹਰ ਕੱਢੀ ਹੁੰਦੀ ਆ ਪਿਓ ਦੇ ਪੁੱਤਾਂ ਨੇ ਕਦੀ ਫੋਨ ਨਹੀਂ ਕੀਤਾ ਅੱਛਾ ਕੱਲ ਇੱਥੇ 15 ਫੋਨ ਆ ਗਏ ਮੇਰੇ ਬੈਠਿਆਂ ਬੈਠੇ ਅੱਛਾ ਹੈ ਡਾਟ ਮੈਂ ਕਿਹਾ ਹਾਂ ਕਹਿੰਦਾ ਉਹ ਏਅਰ ਕੰਡੀਸ਼ਨ ਨਹੀਂ ਚੱਲਦਾ ਮੈਂ ਕੋਈ ਗੱਲ ਨਹੀਂ ਮੈਂ ਕਰਤਾ ਫੋਨ ਆਪੇ ਚੱਲ ਪਊਗਾ ਕਦੋਂ ਆਉਣਾ ਮੈਨੂੰ ਕੀ ਪਤਾ ਉਹਨੇ ਚੁੱਕ ਕੇ ਕਦੀ ਉਹ ਇਹ ਕੰਪਨੀ ਨੂੰ ਕਰ ਕਦੀ ਇਸ ਕੰਪਨੀ ਨੂੰ ਕਰ ਕਦੀ ਉਹ ਉਹਨੂੰ ਕਹਿੰਦੇ ਜੀ ਆਉਣ ਦੇ ਅਸੀਂ $100 ਤੇ ਸਾਡੇ ਆਉਣ ਦਾ ਹੀ ਹੈ ਹਾਂ ਚੈੱਕ ਕਰਨੀ ਤੁਹਾਡੇ ਚੱਲੇ ਨਾ ਚੱਲੇ ਅਸੀਂ ਵੇਖਣ ਦੇ ਘਰੇ ਤੁਹਾਡੇ ਆਉਣਾ $100 ਲੈਣਾ ਉਦੋਂ ਬਾਅਦ ਜਿਹੜੇ ਪੈਣੇ ਵੱਖਰੇ ਨਾਲ ਹੀ ਮੈਨੂੰ ਉਸੇ ਟੈਕਸ ਮੈਸੇਜ ਕਰੀ ਜਾਣ ਕਿ ਹੁਣ ਆਹ ਉਹ ਕਹਿੰਦੇ ਇੰਨੇ ਦੇ ਆਉਣੇ ਇੰਨੇ ਦੇ ਆਉਣੇ ਮੈਂ ਕੋਈ ਗੱਲ ਨੀ ਮੈਂ ਆਪੇ ਭਾਊ ਲੱਭ ਲੈਣਾ ਆਪਣਾ ਦੇਸੀ ਮਾਪੇ ਦੇਸੀ ਲਾਉਣਾ ਫੋਨ ਕੀਤੀ ਲੈ ਭੱਜਾ ਆਇਆ ਵਿਚਾਰਾ ਉਹ ਹੈ ਉਹਨੇ ਆਉਂਦੇ ਹੀ ਕੀਤਾ 2 ਵਾਰੀਆਂ ਉਂਗਲਾਂ ਕਹਿੰਦਾ ਜੀ 200 ਰੁਪਈਆ ਮੈਂ ਚੁੱਕ ਭਾਈ 200 ਰੁਪਈਆ 250 ਚੁੱਕ ਚੱਲ ਉਹ ਗੋਰੇ ਨੇ ਆਉਂਦਿਆਂ ਨੇ 250 ਲੈ ਲੈਣੇ ਆਪਣੇ ਬੰਦੇ ਦਾ ਫਾਇਦਾ ਤਾਂ ਫਿਰ ਵੀ ਹੈਗਾ ਵਿਚਾਰੇ ਫਿਰ ਵੀ ਲਿਹਾਜ਼ ਕਰ ਜਾਂਦੇ ਆ ਕਈ ਕਰ ਜਾਂਦੇ ਹੈ ਕਈ ਕਰ ਜਾਂਦੇ ਦਾ ਮਤਲਬ ਕਿ ਕਈ ਕਰ ਤੇਰਾ ਕਦੇ ਕੀਤਾ ਨਹੀਂ ਹੋਣਾ ਕਿਸੇ ਨਾ ਮੈਨੂੰ ਤੇ ਲੁੱਟਿਆ ਸੀ ਇੱਕ ਵਾਰੀ ਸੁਨਿਆਰਿਆਂ ਨੇ ਹਾਏ ਸੁਨਿਆਰੇ ਨੇ ਆਹੋ ਤੇਰਾ ਦੇਖ ਡਰਾਈਵੇ ਬਣਾ ਕੇ ਗਿਆ ਇਹ ਲੁੱਟ ਕੇ ਲੈ ਗਿਆ ਉਹ ਵੀ ਲੁੱਟ ਕੇ ਲੈ ਗਿਆ ਮੈਨੂੰ ਸਾਰੇ ਲੁੱਟਣ ਵਾਲੇ ਮਿਲਦੇ ਆ ਆ ਮੇਰੇ ਨਾਲ ਤਾਂ ਇੰਨਾ ਚਿਰ ਰਹੀ ਹੈ ਮੈਂ ਤਾਂ ਇਦਾਂ ਤੈਨੂੰ ਲੁੱਟਿਆ ਨਹੀਂ ਤੇਰਾ ਮਰ ਜਾ ਗਿਆ ਸੋ ਬਿਜਲੀ ਇਹ ਗੱਲ ਇਹ ਆ ਕਿ ਆਪਣਾ ਪ੍ਰੋਗਰਾਮ ਜਿਹੜਾ ਭੋਲਾ ਐਕਸਪ੍ਰੈਸ ਉਹ ਚੱਲਦੇ ਰਹਿਣਾ ਆਪਾਂ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਆਪਾਂ ਫੇਰ ਆਉਂਦੇ ਹਾਂ ਤੁਸੀਂ ਵੇਖਦੇ ਰਹਿਣਾ ਭੋਲਾ ਐਕਸਪ੍ਰੈਸ ਹਾਂ ਭਾਈ ਦੋਸਤੋ ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਭੋਲਾ ਐਕਸਪ੍ਰੈਸ ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹੋਏ ਹਾਂ ਸੋ ਮੇਰੇ ਨਾਲ ਅੱਜ ਬਿਜਲੀ ਹੈ ਬਿਜਲੀ ਵੈਸੇ ਪ੍ਰੋਗਰਾਮ 'ਚ ਕਰੋਨਾ ਤੋਂ ਪਹਿਲਾਂ ਵੀ ਆਉਂਦੇ ਰਹੇ ਅਸੀਂ ਸ਼ੁਰੂ ਕੀਤਾ ਜਿੱਦਣ ਭੋਲਾ ਐਕਸਪ੍ਰੈਸ ਮੇਰੇ ਨਾਲ ਬਿਜਲੀ ਸੀ ਸੋ ਅੱਜ ਬਿਜਲੀ ਫਿਰ ਸਾਡੇ ਸਟੂਡੀਓ ਦੇ ਵਿੱਚ ਹੁਣ ਅਸੀਂ ਕੰਟੀਨਿਊ ਜਿਹੜਾ ਪ੍ਰੋਗਰਾਮ ਹੈ ਭੋਲਾ ਐਕਸਪ੍ਰੈਸ ਇਹ ਪੇਸ਼ ਕਰਿਆ ਕਰਾਂਗੇ ਬਿਜਲੀ ਵੈਸੇ ਇਹ ਜਗਦੀ ਰਵੇ ਇਹਦੇ ਫਿਊਜ ਫਿਆਜ ਨਾ ਉੱਡਣ ਅਤੇ 20-22 ਸਾਲ ਹੋ ਗਏ ਆ ਝਗਮਗ ਝਗਮਗ ਕਰਦਿਆਂ ਨੂੰ ਜਿੰਨੇ ਸਾਡੇ ਪੰਜਾਬ ਦੇ ਮੇਲੇ ਹੋਏ ਆ ਜਿਵੇਂ ਟਰਾਂਟੋ 'ਚ ਨਿਊਯਾਰਕ ਆਸੇ ਪਾਸੇ ਜਿੰਨੇ ਵੀ ਮੇਲੇ ਹੋਏ ਆ ਸਟੇਜ ਸ਼ੋ ਮੈਂ ਤਾਂ ਬਿਜਲੀ ਨੇ ਬਹੁਤ ਜ਼ਿਆਦਾ ਕੀਤੇ ਆ ਹੈਂ ਸੋ ਬਿਜਲੀ ਹੈ ਹੋਰ ਸੁਣਾ ਤੇਰਾ ਕੀ ਹਾਲ ਚਾਲ ਆ ਹੋਰ ਕਿੱਦਾਂ ਠੀਕ ਆ ਕਿੱਦਾਂ ਮਤਲਬ ਕਿੱਦਾਂ ਮਤਲਬ ਉਹਦੇ ਵੈਸੇ ਪੁੱਛਿਆ ਮੈਂ ਕਿੱਦਾਂ ਕਿੱਦਾਂ ਮਤਲਬ ਕੀ ਹਰੇਕ ਦੇ ਨਾਲ ਗੱਲ ਕਰਨ ਦਾ ਤਰੀਕਾ ਹੁੰਦਾ ਭੁੱਲਿਆ ਨਾ ਮੈਨੂੰ ਪਤਾ ਹੀ ਹੈ ਤਰੀਕਾ ਤਾਂ ਹੁੰਦਾ ਹੀ ਹੈ
तरीके की कड़ी गल है, तरीके तो बगैर कोई बंदा गल थोड़ा कर सकता, तरीके ही गल करती, तरीका तो सलीका। अच्छा तो मैंने दस तेन टेस्ट कर दी, मैं टच कर दी, टेस्ट मर जाने बोली भी इदा दी, पता लगा तेन टच कर दी, मैं टच ना कर टेस्ट कर, ओके टेस्ट कर दिया, टेस्ट ये कोरोना में या तू टेस्ट करना। हाँ वो भी कर सकते हो। अच्छा तू मैनू दस कि जे तू रब दे नाल गल करनी होवे तो किद्दा करेगा? रब नाल, रब नाल हाथ जोड़े करीदा, ये सच्चे पातशाह रब गाड़ी कोई काम करांगे, गल बात करांगे, रब को मंगेंगे, हाथ जोड़ के मंगेंगे। सही है। अच्छा? जे जे मां नाल गल करनी होवे तो फिर मां ते मां ही हुंदी है, मां नाल तुसी दिल नाल गल कर सकते हो, जो भी दिलों गल होवे मां नाल सांझी कर सकते हो, इहो जी कोई गल नहीं। ते भरा, भरा नाल दिल खोल के यार हुंदा तुहाडे यार वर्गा, दिल खोल के, ते जे कदे यारी दोस्त यार दोस्ती नाल गल करनी होवे ओहदे नाल मजाक नाल भी यारां नाल गल कर सकते, हस के गल कर सकते। ते भैण, भैण ते वैसे प्यारी हुंदी है, भैण नूं ते प्यार नाल ही गल करनी चाहीदी, भैण नाल ते भैण नाल कोई थोड़ा ओह जी गल करनी चाहीदी। प्यो हो गया, प्यो ते प्यो, प्यो नाल आदर नाल, डर नाल आदर करके मनोगे, रिस्पेक्ट नाल गल करनी चाहीदी प्यो। अच्छा ते अपनी घर वाली नाल? ਉਹ ਘਰ ਵਾਲੀ ਨਾਲ ਹਜੇ ਤੱਕ ਕੋਈ ਨਹੀਂ ਦੱਸ ਸਕਿਆ ਕਿ ਕਿੱਦਾਂ ਗੱਲ ਕਰਨੀ ਚਾਹੀਦੀ ਆ, ਇਦਾਂ ਹੁੰਦੀ ਆ। ਹਾਂ ਦੇਖ ਲਾ ਫਿਰ ਘਰ ਵਾਲੀ ਕਿੰਨੀ ਸਮਾਰਟ ਆ। ਸਮਾਰਟ, ਹਾਂ ਸਮਾਰਟ ਇਹ ਆ ਕਿ ਗੱਲ ਕਰਵਾ, ਮੂੰਹ ਜੋ ਕਢਾਉਣਾ ਉਹਦਾ ਕਢਾ ਹੀ ਲੈਂਦੀਆਂ, ਹੈਂ ਉਹ ਕਢਾ ਹੀ ਲੈਂਦੀਆਂ। ਵੈਸੇ ਹੀ ਅੱਗੇ ਕਹਿੰਦੇ, ਮੈਂ ਸੁਣਦਿਆ ਸੀ ਗੱਲ ਕੱਲ੍ਹ ਪਰਸੋਂ ਕਿ ਘਰ ਵਾਲੀ ਕਹਿਣ ਦੇ ਹੀ, ਦੂਜਾ ਨਾ ਕੀ ਇਹ ਕਹਿੰਦੀ ਮੈਂ ਮਾਰਕੀਟ ਜਾਣਾ। ਅੱਛਾ ਕਹਿੰਦਾ ਮਾਰਕੀਟ ਜਾਣਾ ਭਾਈ, ਹੁਣ ਇੱਥੇ ਸਾਡੇ ਬ੍ਰਮਟਨ ਦੇ ਵੀ ਰੂਲ ਹੋ ਗਏ ਆ ਕਿ ਜੇ ਤੁਸੀਂ ਜਾਂ ਬ੍ਰਮਟਨ ਦੇ ਜਾਂ ਟੋਰਾਂਟੋ ਦੇ ਵੀ, ਕਿ ਜੇ ਤੁਸੀਂ ਕਿਤੇ ਮਾਲ ਵਿੱਚ ਜਾਣਾ ਤੇ ਤੁਹਾਨੂੰ ਮੂੰਹ ਤੇ ਮਾਸਕ ਲੈਣਾ ਪੈਣਾ ਇਨਸਾਈਡ। ਬਾਹਰ ਜਾਂਦੇ ਆ ਜੋ ਠੀਕ ਹੈ, ਪਰ ਜੋ ਇਨਸਾਈਡ ਜਾਣਾ ਤੁਸੀਂ, ਤੁਹਾਨੂੰ ਮੂੰਹ ਤੇ ਮਾਸਕ ਲਾਉਣਾ ਪੈਣਾ। ਕਹਿੰਦੀ ਮੈਂ ਤੇ ਮਾਸਕ ਨਹੀਂ ਲਾਉਣਾ, ਲਾਉਣਾ ਪੈਣਾ, ਹੈਵ ਟੂ ਹੈਵ, ਮੈਂ ਤੈਨੂੰ ਲਾਉਣਾ ਪੈਣਾ, ਹੈਵ ਟੂ ਹੈਵ। ਕਹਿੰਦੀ ਮੈਂ ਤੇ ਨਹੀਂ ਲਾਉਣਾ। ਮੈਂ ਕਿਉਂ? ਕਹਿੰਦੀ ਮੰਨ ਲਓ ਆਪਾਂ ਜਾਂਦੇ ਹਾਂ ਸਟੋਰ ਦੇ ਵਿੱਚ, ਜੇ ਤੁਸੀਂ ਉੱਥੇ ਮੈਨੂੰ ਕੋਈ ਸ਼ੈ ਨਾ ਲੈ ਕੇ ਦਿੱਤੀ, ਹੈਂ ਕੋਈ ਮੈਂ ਸ਼ੈ ਲੈਣੀ ਹੋਈ ਤੁਸੀਂ ਲੈ ਕੇ ਨਾ ਦਿੱਤੀ, ਤੇ ਕਹਿੰਦੀ ਮੈਂ ਫੜਾ ਲੈਣਾ ਮੂੰਹ, ਤੇ ਜੇ ਮੈਂ ਮਾਸਕ ਲਾਇਆ ਹੋਇਆ ਤਾਂ ਤੈਨੂੰ ਕਿੱਦਾਂ ਪਤਾ ਲੱਗੂ ਕਿ ਮੇਰਾ ਮੂੰਹ ਫੁੱਲਿਆ? ਦੇਖ ਲਓ ਕਿੰਨੀ ਸਮਾਰਟ ਹੈ, ਹੈਂ ਕਿੱਦਾਂ ਮੂੰਹ ਫੁੱਲਿਆ। ਸੋ ਕਰੀਨਾ ਤੇ ਕਰੋਨਾ ਵਿੱਚ ਕੀ ਫਰਕ ਹੈ? ਅੱਛਾ ਕੀ ਫਰਕ ਹੈ? ਉਹ ਕਹਿੰਦਾ ਭਾਈ ਜਿਹੜਾ ਕਰੀਨਾ ਉਹਨੇ ਤੇ ਆਪਣੇ ਸੈਫ ਤੇ ਕੰਟਰੋਲ ਕਰਕੇ ਰੱਖਿਆ, ਸੈਫ ਨੂੰ ਕੰਟਰੋਲ ਕਰਕੇ ਰੱਖਿਆ, ਜਿਹੜਾ ਕਰੋਨਾ ਇਹਦੇ ਨਾਲ ਇਹਦੇ ਵਿੱਚ ਕੋਈ ਸੇਫ ਨਹੀਂ ਰਹਿ ਸਕਦਾ, ਇਹਦੇ ਕੋਈ ਨਹੀਂ ਰਹਿ ਸਕਦਾ, ਇਹ ਸਾਰਿਆਂ ਨੂੰ ਜਕੜ ਲੈਂਦਾ। ਸੋ ਗੱਲ ਇਹ ਆ ਕਿ ਜਿੱਥੇ ਹੱਸਦੇ ਵੱਸਦੇ ਰਹੋ, ਤੁਹਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹਿਣ, ਤੁਹਾਡਾ ਪਿਆਰ ਵੱਧਦਾ ਰਹੇ, ਆਪਣੇ ਦੀ ਹੋਈ ਚਾਹੀਦਾ। ਸਹੀ ਗੱਲ ਹੈ। ਸਾਰੇ ਜਿੱਥੇ ਵੀ ਹੈਗੇ ਨੇ ਆਪਣੇ ਆਪਣੇ ਘਰ ਦੇ ਵਿੱਚ, ਜਿੱਦਾਂ ਵੀ ਰਹਿੰਦੇ ਹੈਗੇ ਨੇ, ਜਿੱਥੇ ਵੀ ਰਹਿੰਦੇ ਹੈਗੇ ਨੇ, ਥੋੜ੍ਹੀ ਜਿਹੀ ਪ੍ਰੀਕੋਸ਼ਨਸ ਲਓ, ਕਿਉਂਕਿ ਅਗਰ ਜੇ ਇਹ ਬਿਮਾਰੀ ਥੋੜ੍ਹੀ ਹੋਰ ਵੀ ਵੱਧ ਗਈ ਤਾਂ ਥੋੜ੍ਹਾ ਜ਼ਿਆਦਾ ਪ੍ਰੋਬਲਮਸ ਹੋਣਗੀਆਂ, ਫਿਰ ਸਾਰਾ ਕੁਝ ਬੰਦ ਕਰਨਾ ਪਵੇਗਾ। ਨਹੀਂ ਨਹੀਂ, ਹੁਣ ਜਿੱਦਾਂ ਉਹਨਾਂ ਨੇ ਪੈਡੀਓ ਖੋਲ ਦਿੱਤੇ ਆ ਕਿ ਪੈਡੀਓ 'ਚ ਤੁਸੀਂ ਬਾਹਰ ਬਹਿ ਸਕਦੇ ਹੋ, ਹੈ ਖਾ ਪੀ ਸਕਦੇ ਹੋ, ਪਰ ਇਹ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਕਿ ਜਿੰਨਾ ਕੁ ਹੋ ਸਕੇ ਆਪਾਂ ਨੂੰ ਉਨਾ ਕੁ ਹੀ ਬਚਣਾ ਚਾਹੀਦਾ। ਹੁਣ ਮੇਰਾ ਖਿਆਲ ਆ ਜਿਮ ਵੀ ਖੁੱਲ੍ਹ ਜਾਣੇ ਆ, ਹੁਣ ਜਿਮ ਖੁੱਲ ਜਾਣੇ ਆ, ਪਰ ਤੁਸੀਂ ਜਿਮ ਜਾਣਾ ਉੱਥੇ ਮਸ਼ੀਨਾਂ 'ਤੇ ਬੜਾ ਤੁਹਾਨੂੰ, ਜੇ ਪਹਿਲੀ ਗੱਲ ਤਾਂ ਉਹਨਾਂ ਦੀਆਂ ਰਿਸਪੋਂਸੀਬਿਲਟੀਆਂ ਬਣ ਗਈਆਂ। ਕੱਲ੍ਹ ਆਪਣੇ ਸ਼ੋਅ ਦੇ ਵਿੱਚ ਹੀ ਸਾਡੇ ਆਉਂਦੇ ਆ ਯੋਗਾ ਦੇ ਐਕਸਪਰਟ, ਅਤੇ ਉਹ ਦੱਸ ਰਹੇ ਕਿ ਜਿਮ 'ਚ ਕਲਾਸਾਂ ਲਾਉਂਦੇ, ਉਹ ਦੱਸ ਰਹੇ ਸੀ ਕਿ ਸਾਡੀ ਅੱਜ ਤੋਂ 3 ਵੀਕਾਂ ਹੋ ਗਈਆਂ ਔਨਲਾਈਨ ਟ੍ਰੇਨਿੰਗ ਚੱਲ ਰਹੀ ਹੈ ਕਿ ਜਿਮ ਖੁੱਲ੍ਹਣੇ ਆ ਅਤੇ ਕਿੱਦਾਂ ਲੋਕਾਂ ਨੂੰ ਐਕਟਿਵ ਕਰਨਾ, ਕਿ ਉੱਥੇ ਜਾ ਕੇ ਹਾਂ ਉਹਨਾਂ ਨੂੰ ਸਾਰਿਆਂ ਨੂੰ ਗੱਲਾਂ ਬਾਤਾਂ ਕਰਕੇ ਕਿ ਉੱਥੇ ਮਸ਼ੀਨਾਂ ਜਿਹੜੀਆਂ ਸਾਫ਼ ਕਿੱਦਾਂ ਕਰਨੀਆਂ, ਸੈਨੇਟਾਈਜ਼ਰ ਨਾਲ ਧੋਣੀਆਂ, ਹੈ ਜਾਣਾ ਤੁਹਾਨੂੰ ਹੈਵ ਟੂ ਹੈਵ ਉਹ ਲਾਉਣੇ ਪੈਣੇ ਆ, ਮਾਸਕ ਲਾਉਣਾ ਪੈਣਾ।
आई थिंक कि कई बार होंगे कि आप अपने दिमाग रख लें कि मेरी ड्यूटी नहीं हैगी मेरा काम नहीं है साफ करन या सफाई करन या स्प्रे करन बट आई थिंक जे थोड़ा जिहा आप चेंज करके चलीए है ना कि इंस्टेड ऑफ आप सोचिए कि किसी होर की हैगी है रिस्पोंसिबिलिटी कि आप जो थोड़ा आप ही रिस्पोंसिबिलिटी लईए तो आई थिंक नहीं वैसे तो हम बिजली जी ये बन ही गया कि लोग सारे आ कितने जाते आप ना सोचो कि किसी वास्ते तू वेखूगा मैं इस कि बचना कि मैं उन्होंने शहर साफ करूंगा तो ही बचूंगा जो मैं हाथ साफ करूंगा तो ही बचूंगा जो मशीन से दौड़ूंगा उन्होंने साफ करांगा मैं ता ही बचूंगा तुम किसी की गल ही छोड़ो तुम यह ना सोचो तुम यह सोचो कि मैं कि बचना। हाँ वैसे एक गल के नाल जुड़ती जड़ती है मेरी माँ ने तो वैसे कई साल हो गए ने सानू कहंदियां नू कि जिते आप ड्राइविंग जो करते हैं ना कि कई लोग है प्री ऑक्यूपाइड होंगे ने भावें वह फोन पर गल कर रहे ने या कुछ खा रहे ने या कुछ मैं तो कई देखी कि वालों कलर्स कर रहे मेकअप ला रहे हैं ना तो माम हमेशा कहते होंगे कि तुम ये ना सोचो कि हाँ दूसरे की रिस्पोंसिबिलिटी हैगी है रेड लाइट है तो उन्हें खड़ना है या स्टॉप साइन है कि उन्हें खड़ना है तुम हमेशा अपनी सेफ्टी वास्ते देखो कि कोई खड़िया है कि नहीं खड़िया पहला। ओ अच्छा मैं और कहन लगी कि वो कोई वाल साफ कर रहा कोई कुछ कर रहा तुम ये ना वेखो कि वो अपने कर रहा ना होया तुम लाइटा से खड़े हो जाके तुम वाल साफ कर मैं समझ इो समझा कि तेरी मामा कहती है कि ताड़ी रिस्पोंसिबिलिटी बनती है कि अगली लिपस्टिक लाउंदी कि नहीं लाउंदी ए ताड़ी बनती जिम्मेवारी कि लाइटा से खड़ी तो जाके लाओ हाँ भाई दोस्तों तुसी वेख रहे थे प्रोग्राम भोला एक्सप्रैस साडा टाइम जिहड़ा बिल्कुल समाप्ति वाले सो बिजली जी अपने जाने का भी टाइम हो गया। हाँ जी मेरे वालों सारियां नू देखण वास्ते साडे नाल जुड़न वास्ते थैंक यू सत श्री अकाल जे साडे कोलों कोई गलती हो गई होवे तां सानू तुसी प्लीज माफ कर दिओ और नेक्स्ट टाइम फिर जॉइन करियो भोला एक्सप्रैस दे विच कोई गल नहीं ना भी करनगे कोई गल नहीं वेख लिओ तुसी प्रोग्राम जरूर वेखियो ते इत्थे सानू दिओ इजाजत सत श्री अकाल।